ਮੈਂ ਜਦੋਂ ਤੋਂ ਖੇਤੀ ਕੀਤੀ ਮੈਂ ਅੱਗ ਵਾਲੇ ਪਾਸੇ ਨਹੀਂ ਗਈ। ਪਹਿਲਾਂ ਜਦੋਂ ਅਸੀਂ ਕਰਦੇ ਸੀ ਉਦੋਂ ਤੇ ਸਿਰਫ ਗੁੱਜਰ ਲੋਕ ਲੈ ਜਾਂਦੇ ਸੀ ਸਾਡੇ ਕੋਲ, ਔਰ ਜਾਂ ਜਿਹਨਾਂ ਲੋਕਾਂ ਨੇ ਕਾਫੀ ਜ਼ਿਆਦਾ ਮੱਝਾਂ ਗਾਵਾਂ ਰੱਖੀਆਂ ਸੀ। ਬਟ ਹੁਣ ਸਾਨੂੰ ਪਤਾ ਲੱਗਾ ਵਾ ਕਿ ਫੈਕਟਰੀ ਵਾਲੇ ਜਿਹੜੇ ਨੇ ਉਹ ਵੀ ਇੱਛੁਕ ਨੇ, ਇਹ ਗੱਠਾਂ ਲੈ ਜਾਂਦੇ ਨੇ। ਸਰ ਅੱਜ ਕੱਲ੍ਹ ਕਿਸਾਨ ਜਿਹੜੇ ਨੇ ਪਰਾਲੀ ਨੂੰ ਅੱਗ ਲਾ ਰਹੇ ਨੇ, ਤੁਸੀਂ ਕਦੀ ਵੀ ਪਰਾਲੀ ਨੂੰ ਅੱਗ ਨਹੀਂ ਲਾਈ? ਨਹੀਂ, ਇਹਦੇ ਵਿੱਚ ਨੁਕਸਾਨ ਸਾਡਾ ਹੀ ਹੈ। ਇਹ ਤੱਤ ਜਲ ਜਾਂਦੇ ਆ, ਅਤੇ ਦੂਸਰਾ ਇਹ ਆ ਕਿ ਜਿਹੜੇ ਅਸੀਂ ਪਰਾਲੀ ਆ ਉਹ ਜੇ ਇਹਦੇ ਵਿੱਚ ਗਲ ਜੇ ਤਾਂ ਇਹ ਇੱਕ ਫਰਟੀਲਾਈਜ਼ਰ ਦਾ ਕੰਮ ਕਰਦੀ ਆ। ਇਹ ਆ ਕਿ ਕਿਸਾਨ ਥੋੜ੍ਹਾ ਜਿਹਾ ਪਤਾ ਨਹੀਂ ਲੱਗ ਰਿਹਾ ਉਹਨੂੰ, ਲਾਈਨ 'ਤੇ ਨਹੀਂ ਆ ਰਿਹਾ, ਅਗਰ ਉਹਨੂੰ ਇੱਕ ਵਾਰੀ ਇਸ ਚੀਜ਼ ਦਾ ਪਤਾ ਲੱਗ ਜਾਏਗਾ ਤਾਂ ਉਹ ਸ਼ਾਇਦ ਉਹ ਹਟ ਜਾਏਗਾ। ਇਸ ਕਰਕੇ ਮੈਂ ਧਾਰਮਿਕ ਸਪਿਰਚੁਐਲਿਟੀ ਨੂੰ, ਵਾਤਾਵਰਨ ਨੂੰ ਬਹੁਤ ਮੰਨਦੀ ਹਾਂ। ਜਦੋਂ ਦੀ ਸ੍ਰਿਸ਼ਟੀ ਬਣੀ ਹੈ ਇਹ ਤਾਂ ਵਰਡ ਹੀ ਨਹੀਂ ਹੈਗਾ, ਇੰਪੋਸੀਬਲ ਵਰਡ ਨਹੀਂ ਹੈਗਾ। ਇੰਪੋਸੀਬਲ ਤਾਂ ਆਪਣੇ ਆਪ 'ਚ ਆਈ ਐਮ ਪੋਸੀਬਲ ਹੈ। ਮੇਨ ਮਕਸਦ ਇਹ ਹੈ ਕਿ ਅਸੀਂ ਕਿੰਨੇ ਕੁ ਵਾਤਾਵਰਨ ਪ੍ਰੇਮੀ ਹਾਂ, ਇਹ ਇੰਡੀਵਿਜੁਅਲ ਟੂ ਇੰਡੀਵਿਜੁਅਲ। ਹੁਣ ਜਿੱਦਾਂ ਅਸੀਂ ਵਾਤਾਵਰਨ ਪ੍ਰੇਮੀ ਹਾਂ, ਅਸੀਂ ਆਪਣੀ ਜ਼ਮੀਨ ਨੂੰ ਪਿਆਰ ਕਰਦੇ, ਆਪਣੇ ਪਾਣੀ ਨੂੰ ਪਿਆਰ ਕਰਦੇ। ਪਰਾਲੀ ਨੂੰ ਸਾੜਨ ਦੇ ਉੱਤੇ ਪਰਿਆਵਰਨ ਦਾ ਬਹੁਤ ਸਾਰਾ ਨੁਕਸਾਨ ਹੋ ਰਿਹਾ ਅਤੇ ਇਸ ਨੂੰ ਲੈ ਕੇ ਸਰਕਾਰਾਂ ਵੀ ਚਿੰਤਿਤ ਨੇ ਅਤੇ ਅਕਸਰ ਸਰਕਾਰਾਂ ਵੱਲੋਂ ਹਰ ਰੋਜ਼ ਕੋਈ ਨਾ ਕੋਈ ਗੱਲ ਕੀਤੀ ਜਾ ਰਹੀ ਹੈ, ਕਿਸਾਨਾਂ ਨਾਲ ਵੀ ਗੱਲ ਕੀਤੀ ਜਾ ਰਹੀ ਹੈ, ਪਰ ਇਹਦਾ ਮਸਲਾ ਹੱਲ ਨਹੀਂ ਹੋ ਰਿਹਾ। ਪਰ ਅੱਜ ਅਸੀਂ ਤੁਹਾਨੂੰ ਇੱਕ ਐਸੇ ਅਗਾਂਹ ਵਧੂ ਮਹਿਲਾ ਕਿਸਾਨ ਦੇ ਨਾਲ ਮਿਲਾਉਣ ਜਾ ਰਹੇ ਹਾਂ ਜੋ ਕਿ ਆਪਣੇ ਖੇਤ ਬੀਜਦੇ ਨੇ ਔਰ ਉਸ ਤੋਂ ਬਾਅਦ ਕਿਸੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ ਔਰ ਉਲਟਾ ਅੱਗ ਨਾ ਲਾਉਣ ਦੀ ਬਜਾਏ ਇਸ ਪਰਾਲੀ ਦੀ ਹਿਫਾਜ਼ਤ ਕਰਦੇ ਨੇ ਔਰ ਇਸ ਨੂੰ ਬਾਜ਼ਾਰ 'ਚ ਵੇਚਦੇ ਨੇ। ਤਾਂ ਫਾਰਮਰ ਨੇ ਹਰਿੰਦਰ ਕੌਰ, ਹਰਿੰਦਰ ਕੌਰ ਹਣਾ ਬਾਰੇ ਜਾਣਿਆ ਜਾਂਦਾ ਕਿ ਕ੍ਰਿਸ਼ੀ ਕਰਮਨ ਅਵਾਰਡ ਔਰ ਸਭ ਤੋਂ ਵੱਡੀ ਗੱਲ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਾਂ ਵੱਲੋਂ ਵੀ ਇਹਨਾਂ ਨੂੰ ਅਵਾਰਡ ਮਿਲ ਚੁੱਕਾ ਅਤੇ ਇਸ ਵੇਲੇ ਆਪਣੀ ਪਰਾਲੀ ਦੀ ਸਾਂਭ ਸੰਭਾਲ ਕਰ ਰਹੇ ਨੇ। ਅਤੇ ਤੁਸੀਂ ਵੇਖੋ ਕਿ ਜਿੱਥੇ ਕਟਾਈ ਵੀ ਖੁਦ ਕਰਾਉਂਦੇ ਨੇ ਅਤੇ ਉਸ ਤੋਂ ਇਲਾਵਾ ਪਰਾਲੀ ਦੀ ਵੀ ਸਾਂਭ ਸੰਭਾਲ ਖੁਦ ਕੀਤੀ ਜਾ ਰਹੀ ਹੈ। ਤਾਂ ਗੱਲਬਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਚੈੱਕ ਕਰ ਰਹੇ ਜੀ ਅੱਜ? ਇਹਦੇ 'ਚ ਨਵੀਂ ਚੈੱਕ ਕਰ ਰਹੇ ਹਾਂ ਕਿ ਜਿਸ ਤਰ੍ਹਾਂ ਮਤਲਬ ਕਿ ਗੱਠਾਂ ਤਾਂ ਹੀ ਵੱਜਣਗੀਆਂ ਜੇ ਪੂਰੀ ਤਰੀਕੇ ਨਾਲ ਸੁੱਕੀ ਹੋਊਗੀ ਪਰਾਲੀ, ਅਤੇ 80% ਸੁੱਕਿਆ ਅਤੇ ਕੁਛ 20% ਹੈਗਾ ਜਿਹਦੇ 'ਚ ਨਵੀਂ, ਉਹ ਥੱਲੇ ਆ ਜਿਹੜੀ ਪਹਿਲਾਂ ਇਹਨੂੰ ਮਤਲਬ ਜਦੋਂ ਆਪਣਾ ਹੋ ਗਿਆ ਵਾ ਕੰਬਾਈਨ ਦੇ ਨਾਲ ਕੱਟਤੀ ਅਤੇ ਇਹ ਇਸ ਤਰੀਕੇ ਨਾਲ ਨਹੀਂ ਸੀ, ਇਹਦੇ ਪਿੱਛੇ ਲਰਾਂ ਜਿਹੀਆਂ ਸੀਗੀਆਂ ਜੋ ਜੋ ਕੰਬਾਈਨ ਦੇ ਪਿੱਛੇ ਡਿੱਗਦਾ, ਫਿਰ ਇਹਦੇ ਉੱਪਰ ਅਸੀਂ ਕਟਨ ਫਿਰਵਾਇਆ, ਕਟਰ ਨੇ ਇਹਨੂੰ ਪਰਾਲੀ ਨੂੰ ਵੀ ਖਿਲਾਰਤਾ, ਜਿਹੜੇ ਥੱਲੇ ਬੁੱਥੇ ਸੀ ਉਹ ਵੀ ਕੱਟਤੇ। ਹੁਣ ਇਹ ਤਿਆਰ ਹੈ ਗੱਠਾਂ ਬੱਧਣ ਲਈ, ਪਰ ਉਹ ਤੋਂ ਪਹਿਲਾਂ ਨਵੀਂ ਚੱਕ। ਇੱਕ ਗੱਲ ਪੁੱਛਣੀ ਸੀ ਕਿ ਅਕਸਰ ਅੱਜ ਕੱਲ੍ਹ ਕਿਸਾਨ ਜਿਹੜੇ ਨੇ ਪਰਾਲੀ ਨੂੰ ਅੱਗ ਲਾ ਰਹੇ ਨੇ, ਤੁਸੀਂ ਕਦੀ ਵੀ ਪਰਾਲੀ ਨੂੰ ਅੱਗ ਨਹੀਂ ਲਾਈ? ਨਹੀਂ, ਇਹਦੇ ਵਿੱਚ ਨੁਕਸਾਨ ਸਾਡਾ ਹੀ ਹੈ। ਇਹ ਤੱਤ ਜਲ ਜਾਂਦੇ ਆ, ਅਤੇ ਦੂਸਰਾ ਇਹ ਆ ਕਿ ਜਿਹੜੇ ਅਸੀਂ ਪਰਾਲੀ ਆ ਉਹ ਜੇ ਇਹਦੇ ਵਿੱਚ ਗਲ ਜੇ ਤਾਂ ਇਹ ਇੱਕ ਫਰਟੀਲਾਈਜ਼ਰ ਦਾ ਕੰਮ ਕਰਦੀ ਆ। ਅੱਛਾ, ਫਰਟੀਲਾਈਜ਼ਰ। ਹਾਂ, ਜਿਸ ਤਰ੍ਹਾਂ ਹਰ ਇੱਕ ਚੀਜ਼ ਦੇ ਸਰ ਨੁਕਸਾਨ ਅਤੇ ਫਾਇਦੇ ਦੋਵੇਂ ਹੀ ਹੁੰਦੇ ਆ ਜੀ। ਅਤੇ ਹੁਣ ਇਹ ਨਹੀਂ ਆਪਾਂ ਕਿਸੇ ਚੀਜ਼ ਨੂੰ ਵੀ ਨਹੀਂ ਇਹ ਕਹਿ ਸਕਦੇ ਕਿ ਲੈਬ ਜੇ ਅਸੀਂ ਅੱਗ ਲਾਤੀ ਤਾਂ ਅਸੀਂ ਪੂਰਾ ਫਾਇਦਾ ਕਰ ਲਿਆ ਵਾ, ਠੀਕ ਹੈ ਨਾ। ਅਤੇ ਜੇ ਅਸੀਂ ਇਸ ਵੱਲ ਆਉਂਦੇ ਹਾਂ ਕਿ ਅਸੀਂ ਇਹਨੂੰ ਗੱਠਾਂ ਬੰਨਦੇ ਹਾਂ ਅਤੇ ਉਹ ਪਰਸੈਂਟੇਜ ਵੇਖਣੀ ਪੈਂਦੀ ਆ ਜੀ। ਇਹਦੇ ਵਿੱਚ ਸਾਡੀ ਜਿਹੜੀ ਪਰਸੈਂਟੇਜ ਆ ਨੁਕਸਾਨ ਦੀ ਉਹ ਘੱਟ ਆ। ਓਕੇ, ਹਾਂ, ਮਤਲਬ ਸਾਡਾ ਬਚਾਅ ਹੀ ਆ। ਤਾਂ ਇਸ ਕਨਸੈਪਟ ਨੂੰ ਤੁਸੀਂ? ਮੈਂ ਜਦੋਂ ਤੋਂ ਖੇਤੀ ਕੀਤੀ ਮੈਂ ਅੱਗ ਵਾਲੇ ਪਾਸੇ ਨਹੀਂ ਗਈ, ਕਦੀ ਵੀ ਨਹੀਂ, ਕਦੀ ਵੀ ਨਹੀਂ। ਨੈਵਰ ਨੈਵਰ। ਕਿੰਨੇ ਏਕੜ 'ਚ ਖੇਤੀ ਕਰਦੇ ਹੋ? ਮੈਂ ਕੋਈ ਆਪਣਾ 32-33 ਏਕੜ ਲੈਂਡ 'ਚ ਕਰਦਾ। ਅੱਛਾ, 32-33 ਏਕੜ। ਹਾਂਜੀ। ਤਾਂ ਮੈਡਮ ਇਹ ਫਿਰ ਕਿਵੇਂ ਤੁਹਾਡੇ ਮਨ 'ਚ ਆਇਆ ਕਿ ਅਕਸਰ ਕਿਸਾਨ ਕਹਿੰਦੇ ਨੇ ਜੀ ਸਾਡੇ ਕੋਲ ਤਾਂ ਵਿਕਲਪ ਹੀ ਕੋਈ ਨਹੀਂ ਹੈ, ਅਸੀਂ ਕੀ ਕਰੀਏ, ਪਰਾਲੀ ਨੂੰ ਅੱਗ ਲਾਉਣ ਤੋਂ ਬਾਅਦ ਸਾਡੇ ਕੋਲ ਚਾਰਾ ਹੀ ਕੋਈ ਨਹੀਂ ਹੈ? ਪਰ ਤੁਸੀਂ ਦੂਸਰੇ ਬੰਨੇ ਕਹਿ ਰਹੇ ਹੋ ਕਿ ਮੈਨੂੰ ਇਹਦੇ ਤੋਂ ਕਾਫੀ ਫਾਇਦਾ ਮਿਲਦਾ ਔਰ ਮੈਂ 2 ਪੈਸੇ ਵੀ ਵੱਧ ਕਮਾ ਲੈਣੀ। ਇਹ ਥੋੜ੍ਹਾ ਜਿਹਾ ਕਾਲ ਮਾਰਨ ਡੇ ਕਿਸਾਨਾਂ ਨੂੰ, ਥੋੜ੍ਹੇ ਜਿਹੇ ਉਹ ਜਿਸ ਤਰ੍ਹਾਂ ਜਿਹੜੇ ਲੋਕ ਸਬਜ਼ੀ ਲਾਉਣਾ ਚਾਹੁੰਦੇ ਆ ਉਹਨਾਂ ਦਾ ਇਹ ਮਸਲਾ ਜ਼ਿਆਦਾ ਆ ਜੀ, ਕਿਉਂਕਿ ਫਸਲ ਉਹਨਾਂ ਨੂੰ ਹੁੰਦਾ ਕਿ ਅਸੀਂ ਫਟਾਫਟ ਦੂਸਰੀ ਤੀਸਰੀ ਫਸਲ ਵਿੱਚ ਲੈ ਲਈਏ, ਮਟਰ ਹੋਏ, ਆਲੂ ਹੋਏ ਜਾਂ ਕੋਈ ਹੋਰ ਇਹੋ ਜਿਹੀ ਫਲੀਆਂ ਹੋਈਆਂ,
ਪਰ ਉਹ ਉਹਨਾਂ ਨੂੰ ਇਹ ਰਹਿੰਦਾ ਕਿ ਸਾਨੂੰ ਜਿਹੜਾ ਵਾ ਉਹ ਫਟਾਫਟ ਇੱਕ ਸਾਫ ਲੈਂਡ ਮਿਲ ਜੇ। ਤੁਹਾਨੂੰ ਪਤਾ ਹੀ ਹੈ ਕਿ ਵੈਸੇ ਤਾਂ ਸ਼ੁਰੂ ਤੋਂ ਜਦੋਂ ਖੇਤੀ ਲਈ ਜ਼ਮੀਨ ਤਿਆਰ ਕੀਤੀ ਗਈ ਅਤੇ ਡੀਫੋਰੈਸਟੇਸ਼ਨ ਹੋਣ ਤੋਂ ਬਾਅਦ ਪੇੜਾਂ ਨੂੰ ਅੱਗ ਲਾ ਕੇ ਨਵੀਂ ਜ਼ਮੀਨ ਤਿਆਰ ਹੁੰਦੀ ਰਹੀ ਹੈ, ਇਹ ਤਾਂ ਪਤਾ ਹੀ ਹੈ ਸਭ ਨੂੰ। ਪਰ ਇਹਦੇ ਵਿੱਚ ਉਹਨਾਂ ਨੂੰ ਇਹ ਰਹਿੰਦਾ ਵਾ ਕਿ ਇਹ ਚੀਜ਼ ਜਿਹੜੀ ਆ ਸਾਨੂੰ ਫਟਾਫਟ ਮਿਲ ਜੇ। ਪਰ ਬਾਕੀ ਜਿਹੜੇ ਕਿਸਾਨ ਆ ਜਿਹਨੇ ਨਹੀਂ ਸਬਜ਼ੀ ਲਾਉਣੀ ਉਹਨਾਂ ਕੋਲ ਤਾਂ ਫਿਰ ਵੀ ਟਾਈਮ ਹੁੰਦਾ ਇਹਨੂੰ ਸੰਭਾਲਣ ਦਾ। ਖੇਤ ਦੇਖ ਰਹੇ ਆ, ਇਹਦੀ ਕੀ ਪੀਸ਼ੀਐਂਸੀ? ਇਹਦੇ ਪਹਿਲੇ ਕਟਾਈ ਕੀਤੀ ਗਈ ਤੁਹਾਡੇ ਵੱਲੋਂ? ਹਾਂਜੀ, ਕਟਾਈ ਕੀਤੀ ਗਈ ਅਤੇ ਬੁੱਥੇ ਸੀ ਇੰਨੇ ਇੰਨੇ ਖਲੋਤੇ ਅਤੇ ਉਹਨਾਂ ਦੇ ਉੱਤੇ ਪਰਾਲੀ ਪਈ ਸੀ ਜੀ। ਉਹ ਪਰਾਲੀ ਜਿਹੜੀ ਕਟਰ ਦੇ ਨਾਲ ਇੱਕ ਸਾਰ ਖਿਲਰ ਗਈ ਜੀ, ਹੁਣ ਉੱਪਰੋਂ ਧੁੱਪ ਪਏਗੀ, ਉਹ ਧੁੱਪ ਨੇ ਇਹਨੂੰ ਇੱਕਦਮ ਇਹਦੇ 'ਚ ਨਵੀਂ ਮਾਈਨਸ ਕਰ ਦੇਣੀ ਤੇ ਜਦੋਂ ਗੱਠਾ ਵੱਜਣਗੀਆਂ ਤੇ ਉਹ ਖਰਾਬ ਨਹੀਂ ਹੋਣਗੀਆਂ। ਅੱਛਾ, ਉਹ ਗੱਠਾਂ ਦਾ ਕੀ ਫਾਇਦਾ ਕੀ ਹੁੰਦਾ, ਗੱਠਾਂ ਦਾ ਕਿਸ ਯੂਜ਼ ਚ ਆਉਂਦਾ? ਹੁਣ ਅੱਜ ਕੱਲ੍ਹ ਤਾਂ ਦੇਖੋ, ਪਹਿਲਾਂ ਜਦੋਂ ਅਸੀਂ ਕਰਦੇ ਸੀ ਉਦੋਂ ਤੇ ਸਿਰਫ ਗੁੱਜਰ ਲੋਕ ਲੈ ਜਾਂਦੇ ਸੀ ਸਾਡੇ ਕੋਲ, ਔਰ ਜਾਂ ਜਿਹਨਾਂ ਲੋਕਾਂ ਨੇ ਕਾਫੀ ਜ਼ਿਆਦਾ ਮੱਝਾਂ ਗਾਵਾਂ ਰੱਖੀਆਂ ਸੀ। ਬਟ ਹੁਣ ਸਾਨੂੰ ਪਤਾ ਲੱਗਾ ਵਾ ਕਿ ਫੈਕਟਰੀ ਵਾਲੇ ਜਿਹੜੇ ਨੇ ਉਹ ਵੀ ਇੱਛੁਕ ਨੇ, ਇਹ ਗੱਠਾਂ ਲੈ ਜਾਂਦੇ ਨੇ ਜੀ। ਤੇ ਉਹ ਚ ਪੈਸੇ ਮਿਲਦੇ ਤੁਹਾਨੂੰ? ਹਾਂ, ਉਹਦੇ ਵਿੱਚ ਉਹ ਗੱਠਾਂ ਵਾਲਿਆਂ ਨੂੰ ਹਾਂਜੀ ਪੈਸੇ ਮਿਲਦੇ ਨੇ ਉਹਨਾਂ ਨੂੰ ਵੇਚਣ ਵਿੱਚ, ਜਿਸ ਤਰ੍ਹਾਂ ਤੂੜੀ ਵੇਚ ਕੇ ਵੀ ਅਸੀਂ ਪੈਸੇ ਕਮਾਉਂਦੇ ਸੀ, ਇਹ ਇਹਦੇ ਵਿੱਚ ਵੀ ਅਸੀਂ ਪੈਸੇ ਕਮਾ ਸਕਦੇ ਹਾਂ। ਪਰ ਇਹ ਆ ਕਿ ਕਿਸਾਨ ਥੋੜ੍ਹਾ ਜਿਹਾ ਪਤਾ ਨਹੀਂ ਲੱਗ ਰਿਹਾ ਉਹਨੂੰ, ਲਾਈਨ 'ਤੇ ਨਹੀਂ ਆ ਰਿਹਾ। ਅਗਰ ਉਹਨੂੰ ਇੱਕ ਵਾਰੀ ਇਸ ਚੀਜ਼ ਦਾ ਪਤਾ ਲੱਗ ਜਾਏਗਾ ਤਾਂ ਉਹ ਸ਼ਾਇਦ ਉਹ ਹਟ ਜਾਏਗਾ। ਤੁਸੀਂ ਫਿਰ ਇੱਕ ਫਾਰਮਰ ਕਹਿੰਦੇ ਜੀ ਕਿ ਜਿਹੜੀ ਮਸ਼ੀਨਾਂ ਨੇ ਉਹ ਘੱਟ ਨੇ ਆਉਂਦੀਆਂ ਨੇ, ਕਿੰਨੀ ਦੇਰ ਅਸੀਂ ਇੰਤਜ਼ਾਰ ਕਰੀਏ? ਪਰ ਤੁਸੀਂ ਇਹ ਸਾਰਾ ਸਿਸਟਮ ਕਿਵੇਂ ਮੈਨੇਜ ਕਰ ਲੈਂਦੇ ਹੋ? ਅਸੀਂ ਆਪ ਮਸ਼ੀਨ ਲੈ ਲੈਂਦੇ ਹਾਂ। ਤਕਰੀਬਨ ਅਸੀਂ ਹੈਪੀ ਸੀਡਰ, ਸੁਪਰ ਸੀਡਰ ਇਹੋ ਜਿਹੀਆਂ ਚੀਜ਼ਾਂ ਮਸ਼ੀਨਾਂ ਅਸੀਂ ਆਪਣੀਆਂ ਆਪ ਲੈ ਲਈਆਂ, ਸਬਸਿਡੀ 'ਤੇ ਮਿਲਦੀਆਂ ਵਾ। ਹੈ ਤਾਂ ਚਲੋ ਮਹਿੰਗਾ ਹੀ, ਪਰ ਅਸੀਂ ਫਿਰ ਸਾਨੂੰ ਚਾਹੀਦਾ ਹੁੰਦਾ ਵਾ ਕਿ ਅੱਜ ਕੱਲ੍ਹ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਖੇਤੀ ਜਿਹੜੀ ਆ ਉਹ ਬਹੁਤ ਜ਼ਿਆਦਾ ਲੇਬਰ ਘੱਟ ਗਈ ਆ, ਮਸ਼ੀਨਰੀ ਉੱਪਰ ਹੀ ਨਿਰਭਰ ਹੋ ਗਈ ਆ, ਅਤੇ ਇਹ ਸੁਸਾਇਟੀਜ਼ ਨੂੰ ਦੇ ਸਕਦੇ, ਮਤਲਬ ਸਾਡੇ ਕੋਲ ਕਾਫੀ ਵਿਕਲਪ ਹੈਗੇ ਆ। ਅਗਰ ਅਸੀਂ ਥੋੜ੍ਹਾ ਗਵਰਨਮੈਂਟ ਹੈਲਪ ਕਰੇ, ਥੋੜ੍ਹਾ ਕਿਸਾਨ ਇੱਕ ਮੀਟਿੰਗ ਕਰਨ, ਔਰ ਇਹਦੇ ਵਿੱਚ ਅਸੀਂ, ਮੇਰਾ ਇੱਕ, ਮੈਂ ਇੱਕ ਦਿਨ ਬੈਠੀ ਸੋਚ ਰਹੀ ਸੀ ਕਿ ਜਿਹੜੇ ਗੁਰਦੁਆਰੇ ਦੀ ਕਮੇਟੀਆਂ ਬਣੀਆਂ, ਹਰ ਇੱਕ ਪਿੰਡ ਨੂੰ ਇੱਕ ਗੁਰਦੁਆਰਾ ਗੁਰਦੁਆਰਾ ਹੈਗਾ, ਉਸ ਗੁਰਦੁਆਰੇ ਨੂੰ ਚਲਾਉਣ ਲਈ ਇੱਕ ਕਮੇਟੀ ਬਣੀ ਜਿਹਦੇ 'ਚ ਸੈਕਟਰੀ ਵੀ ਹੁੰਦਾ, ਪ੍ਰਧਾਨ ਵੀ ਹੁੰਦਾ, ਐਂਡ ਲੋਕ ਮੈਂਬਰ ਵੀ ਹੁੰਦੇ। ਦੈਟ ਇਜ਼ ਵੈਰੀ ਗੁੱਡ, ਜਿਹਨੂੰ ਕਹਿੰਦੇ ਨਾ, ਬਹੁਤ ਵਧੀਆ ਵਿਕਲਪ ਹੈ ਕਿ ਉਹਨਾਂ ਨੂੰ ਪ੍ਰੋਤਸਾਹਿਤ ਕੀਤਾ ਜਾਵੇ, ਉਹ ਕਮੇਟੀਆਂ ਨੂੰ ਕਿਹਾ ਜਾਵੇ ਵੀ ਤੁਸੀਂ ਜ਼ਿੰਮੇਵਾਰੀ ਲਓ, ਕਿਉਂਕਿ ਉੱਥੇ ਬੰਦੇ ਇਕੱਠੇ ਹੁੰਦੇ, ਗੁਰਦੁਆਰਿਆਂ 'ਚ ਬੰਦੇ ਇਕੱਠੇ ਹੁੰਦੇ ਆ, ਉੱਥੇ ਜਦੋਂ ਸਵੇਰ ਦੇ ਟਾਈਮ ਭਾਈ ਜੀ ਪਾਠ ਸੁਣਾਉਂਦੇ ਲੋਕਾਂ ਨੂੰ, ਉਹ ਤੋਂ ਬਾਅਦ ਇਹ ਥੋੜ੍ਹਾ ਉਪਦੇਸ਼ ਦੇਣ ਵੀ ਦੇਖੋ ਬਈ ਇਹਦੇ ਨਾਲ ਆਪਣਾ ਨੁਕਸਾਨ ਹੋ ਰਿਹਾ ਇਸ ਤਰ੍ਹਾਂ ਕਰਕੇ, ਮਤਲਬ ਜਿਸ, ਮੈਂ ਤਾਂ ਵੈਸੇ ਧਾਰਮਿਕ ਬਹੁਤ ਹਾਂ, ਇਸ ਕਰਕੇ ਮੈਂ ਧਾਰਮਿਕ ਸਪਿਰਚੁਐਲਿਟੀ ਨੂੰ, ਵਾਤਾਵਰਣ ਨੂੰ ਬਹੁਤ ਮੰਨਦੀ ਹਾਂ। ਇਹ ਨਾਲ ਨਾਲ ਹਰ ਚੀਜ਼ ਹੈਂਡ ਇਨ ਹੈਂਡ ਚੱਲਣੀ ਚਾਹੀਦੀ। ਕਿਸਾਨ ਦੂਸਰੇ ਪਾਸੇ ਕਹਿੰਦੇ ਕਿ ਸਾਡੇ ਕੋਲ ਵਿਕਲਪ ਕੋਈ ਨਹੀਂ, ਇਹ ਤਾਂ ਗੱਲ ਗਲਤ ਹੈ, ਫਿਰ ਤੁਸੀਂ ਮੰਨਦੇ ਹੋ ਕਿ ਇਹ ਤਰੀਕਾ ਵੀ ਗਲਤ? ਇਹ ਤਾਂ ਦੇਖੋ ਜਦੋਂ ਦੀ ਸ੍ਰਿਸ਼ਟੀ ਬਣੀ ਹੈ, ਇਹ ਤਾਂ ਵਰਡ ਹੀ ਨਹੀਂ ਹੈਗਾ, ਇੰਪੋਸੀਬਲ ਵਰਡ ਨਹੀਂ ਹੈਗਾ। ਇੰਪੋਸੀਬਲ ਤਾਂ ਆਪਣੇ ਆਪ 'ਚ ਆਈ ਐਮ ਪੋਸੀਬਲ ਆ, ਜੇ ਤੁਸੀਂ ਉਹਨੂੰ ਤੋੜਦੇ ਹੋ ਇਮ ਨੂੰ ਤੋੜਦੇ, ਦੈਟ ਇਜ਼ ਆਈ ਐਮ ਤੇ ਪੋਸੀਬਲ। ਇਹ ਤਾਂ ਨਪੋਲੀਅਨ ਨੇ ਵੀ ਕਿਹਾ ਵਾ, ਵੱਡੇ ਵੱਡੇ ਬਾਦਸ਼ਾਹ ਜਿਨ੍ਹਾਂ ਨੇ ਜੰਗਾਂ ਜਿੱਤੀਆਂ ਉਹਨਾਂ ਦੀ ਅਗਰ ਸੁਣੋ ਤਾਂ ਉਹ ਕਹਿੰਦੇ ਇੰਪੋਸੀਬਲ ਤਾਂ ਕੁਛ ਨਹੀਂ ਹੈਗਾ। ਹਾਂਜੀ ਹਾਂਜੀ। ਤੇ ਇਹ ਤਾਂ ਸਿਰਫ ਆਪਣੇ, ਸਿਰਫ ਤੇ ਸਿਰਫ ਪ੍ਰੋਬਲਮ ਇਹ ਹੈ ਕਿ ਕਿਸਾਨ ਵੀ ਵਿਚਾਰਾ ਪ੍ਰੋਬਲਮ 'ਚ ਹੈ। ਮੈਂ ਸੁਣਿਆ ਕਿ ਤੁਸੀਂ ਬਹੁਤ ਸਾਰੇ ਕਿਸਾਨਾਂ ਨੂੰ ਵੀ ਮੋਟੀਵੇਟ ਕਰਦੇ ਹੋ, ਪਿੰਡ 'ਚ ਕਿਸੇ ਨੂੰ ਨਾੜ ਨੂੰ ਅੱਗ ਨਹੀਂ ਲਾਉਣ ਦਿੰਦੇ? ਹਾਂਜੀ 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 ਹਾਂਜੀ, ਸਭ ਨੂੰ ਬਹੁਤ ਜ਼ਿਆਦਾ ਮੈਂ, ਹਰ ਇੱਕ ਨੂੰ ਜਿਹੜਾ ਵੀ ਮੈਨੂੰ ਮਿਲਦਾ ਉਹਨੂੰ ਮੈਂ ਕਹਿੰਦੀ ਹਾਂ ਕਿ ਤੁਸੀਂ ਇਸ ਜਗ੍ਹਾ, ਤੁਹਾਨੂੰ ਕੋਈ ਹੈਲਪ ਦੀ ਲੋੜ ਹੈ ਤਾਂ ਸਾਨੂੰ ਦੱਸੋ। ਅਤੇ ਕਿੰਨੇ ਕੁ ਏਕੜ ਜ਼ਮੀਨ ਤੁਸੀਂ ਜਿਹੜੀ ਹੈ ਆਪਣੀ ਤਾਂ ਵੰਧੇ ਹੀ ਵੰਧੇ ਹੋ, ਨਾਲ ਲੋਕਾਂ ਦੀ ਵੀ ਵੰਧੇ ਹੋ? ਨਾਲ ਲੋਕਾਂ ਦੀ ਅਸੀਂ ਕਰਦੇ ਤਾਂ ਨਹੀਂ, ਬਟ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਆਪਣੀ ਮਸ਼ੀਨਰੀ ਦੇ ਦਈਦੀ ਉਹਨਾਂ ਨੂੰ, ਫ੍ਰੀ ਆਫ ਕੋਸਟ। ਹਾਂ, ਕਿ ਤੁਸੀਂ ਸਾਡੇ ਕੋਲ ਮਸ਼ੀਨਰੀ ਲੈ ਜਾਓ ਤੇ ਖੇਤੀ ਕਰ ਲਓ, ਜਾਂ ਕੋਈ ਵੀ ਸਾਡੇ ਕੋਲ ਸੰਦ ਹੈ ਤੇ ਅਸੀਂ ਉਹਦੇ ਨਾਲ ਵੰਡਣ ਨੂੰ ਤਿਆਰ। ਅੱਛਾ,
ਤੇ ਇਹਦੇ ਨਾਲ ਫਾਰਮਰ ਦਾ ਵੀ ਫਾਇਦਾ ਹੋ ਜਾਂਦਾ? ਹਾਂਜੀ, ਫਾਰਮਰ ਦਾ ਵੀ ਫਾਇਦਾ ਹੋ ਜਾਂਦਾ। ਤੁਹਾਨੂੰ ਮੈਂ ਦੱਸਿਆ ਨਾ, ਜਿੱਦਾਂ ਫਾਰਮਰ ਥੋੜ੍ਹਾ ਜਿਹਾ ਅਵੇਅਰ ਨਹੀਂ ਹੈ, ਇੱਕ ਥੋੜ੍ਹਾ ਜਿਹਾ ਉਹਨੂੰ ਇਹ ਰਹਿੰਦਾ ਹੈ ਕਿ ਪੈਸੇ ਪਹਿਲਾਂ ਹੀ ਝੋਨੇ ਦੇ ਜਾਂ ਬਾਸਮਤੀ ਦੇ ਘੱਟ ਮਿਲੇ ਹੁੰਦੇ ਆ, ਮੰਡੀ ਗਿਆ ਖਪਿਆ ਤਪਿਆ ਹੁੰਦਾ। ਮੈਂ ਤਾਂ ਹਰ ਵਾਰੀ ਇੱਕੋ ਗੱਲ ਕਹਿੰਦੀ ਹਾਂ ਕਿ ਕਿਸਾਨ ਨੂੰ ਆਪਣਾ ਰੇਟ ਨਹੀਂ ਮਿਲ ਰਿਹਾ, ਫਿਰ ਅਸੀਂ ਉੱਥੇ ਹੀ ਆ ਜਾਂਦੇ ਘੁੰਮਾ ਫਿਰਾ ਕੇ। ਉਹਨੂੰ ਫਿਰ ਰਹਿੰਦਾ ਕਿ ਹੁਣ ਮੈਂ ਇਹਦੇ 'ਤੇ, ਉਹ ਇਹਨੂੰ ਰਹਿੰਦ ਖੂੰਹਦ ਸਮਝਦਾ, ਉਹ ਸਮਝਦਾ ਕਿ ਕਿਸੇ ਯੂਜ਼ 'ਚ ਨਹੀਂ ਹੈਗੀ, ਅਤੇ ਉਹਨੂੰ ਸਭ ਤੋਂ ਸੌਖਾ ਵਿਕਲਪ ਇਹੋ ਲੱਗਦਾ ਕਿ ਪੈਸਾ ਨਾ ਖਰਚਾ। ਅਤੇ ਜੇ ਸਰਕਾਰ ਥੋੜ੍ਹਾ ਜਿਹੀ ਮਾਲੀ ਮਦਦ ਕਰੇ ਤੇ ਫਿਰ ਸ਼ਾਇਦ ਹੋ ਸਕਦਾ ਹੈ। ਸਰਕਾਰ ਨੂੰ ਐਸੇ ਹੀ ਅੱਗੇ ਆਉਣਾ ਚਾਹੀਦਾ, ਅੱਗੇ ਆਉਣਾ ਚਾਹੀਦਾ। ਸਰਕਾਰ ਸਿਰਫ ਜਿਹੜੇ ਉਹ ਮਸ਼ੀਨਾਂ ਨਹੀਂ ਉਹਦੇ ਤੱਕ ਨਿਰਭਰ ਹੈ, ਮਸ਼ੀਨਾਂ ਹੀ ਵਿਕਲਪ ਨਹੀਂ ਹੈਗਾ ਇਕੱਲਾ, 1A B C ਪਲਾਨ ਹੋਣੇ ਚਾਹੀਦੇ ਸਰਕਾਰ ਨੂੰ। ਸਿਰਫ ਸਰਕਾਰ ਕੋਈ ਇੱਕੋ ਮਸ਼ੀਨ ਹੈ ਕਹਿੰਦੇ ਮਸ਼ੀਨ ਆਏਗੀ ਕੱਟ ਜੂਗੀ ਲੈ ਜੂਗੀ, ਇਹ ਪਲਾਨ ਦੇ ਨਾਲ B ਦੇ ਨਾਲ C ਦੇ ਮਰਸ ਵੀ ਜਿਹਦਾ ਤੁਸੀਂ ਚੁਣ ਸਕਦੇ ਹੋ, ਜਿਹਨੂੰ ਕਹੇ ਕਿ ਭਾਈ ਤੂੰ ਆਪ ਕੱਢਣੀ ਆ, ਕਿਸੇ ਕੋਲ ਆਪਣੇ ਕੋਲ ਖੇਤ 'ਚ ਪਸ਼ੂ ਹੁੰਦੇ ਆ, ਉਹਨੂੰ ਕਹੇ ਵੀ ਆ ਲੈ 2,000 ਰੁਪਈਆ ਪ੍ਰਤੀ ਏਕੜ। ਔਰ ਮੈਂ ਪਿੱਛੇ ਜੇ ਤੁਹਾਨੂੰ ਮੈਂ ਦੱਸਣਾ ਚਾਹੂੰਗੀ, ਮੇਰੇ ਕੋਲ ਇੱਕ ਟੀਮ ਆਈ ਸੀ, ਉਹ ਕਹਿੰਦੇ ਸੀ ਕਾਰਬਨ ਕ੍ਰੈਡਿਟ, ਅਸੀਂ ਉਹਨਾਂ ਨੂੰ ਬੜਾ ਪੁੱਛਿਆ ਵੀ ਕੀ ਹੈ ਕੀ ਹੈ, ਉਹਨਾਂ ਨੇ ਸਿਰਫ ਸਾਨੂੰ ਸਿੰਪਲ ਲਫ਼ਜ਼ਾਂ 'ਚ ਇਹੋ ਦੱਸਿਆ ਕਿ ਜਿਹੜਾ ਬੰਦਾ ਅੱਗ ਨਹੀਂ ਲਾਉਂਦਾ ਉਹਦੇ ਨਾਲ ਕੁਛ ਕੰਪਨੀਜ਼ ਹੈਗੀਆਂ ਵਾ, ਉਹ ਕ੍ਰੈਡਿਟ ਦਿੰਦੀਆਂ ਜਿੱਦਾਂ ਸ਼ੇਅਰ ਮਾਰਕੀਟ ਹੈ, ਅਤੇ ਉਹਦੇ ਪੈਸੇ ਮਿਲਣਗੇ। ਵੈਸੇ ਹਾਲ ਤਾਂ ਮਿਲੇ ਤਾਂ ਨਹੀਂ ਆ, ਪਰ ਉਹਦਾ ਕਿੱਥੇ ਪਹੁੰਚਿਆ ਉਹ ਕੰਮ, ਥੋੜ੍ਹਾ ਜਿਹਾ ਸਰਕਾਰ ਉਹਦੇ 'ਚ ਦਖਲ ਦੇਵੇ ਔਰ ਉਹਨਾਂ ਕੰਪਨੀਆਂ ਨੂੰ ਪੁੱਛੇ, ਅਤੇ ਉਹ ਇਨਡਾਇਰੈਕਟਲੀ ਜਿਹੜੀ। ਤੁਸੀਂ ਮੰਨਦੇ ਹੋ ਕਿ ਪਰਾਲੀ ਦਾ ਹੱਲ ਨਿਕਲ ਸਕਦਾ ਕਿ? ਬਿਲਕੁਲ, ਹੱਲ ਤਾਂ ਨਿਕਲ ਸਕਦਾ, ਹੱਲ ਕਿਹੜੀ ਚੀਜ਼ ਦਾ ਨਹੀਂ ਨਿਕਲ ਸਕਦਾ। ਅੱਛਾ, ਦੂਸਰੀ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਇਹਦੇ ਨਾਲ ਜੀ? ਬਿਲ, ਉਹ ਤਾਂ ਵੇਖੋ ਜੀ, ਧੂੰਆਂ ਹੈ, ਵਾਈਟ ਕਲਰ ਦਾ ਧੂੰਆਂ ਹੈ, ਫੈਕਟਰੀਆਂ 'ਚੋਂ ਵੀ ਨਿਕਲਦਾ ਵਾ। ਉਹ ਆਪਣਾ ਜਿਹੜੇ ਕਿਸਾਨ ਨੇ ਉਹ ਫਿਰ ਸਾਨੂੰ ਕਹਿ ਦਿੰਦੇ ਆ ਵੀ ਲੈ ਫੈਕਟਰੀ ਨਾਲ ਉਹਦੇ ਘੱਟ ਹੀ ਕਰਨ ਡਿਆ ਨਾ, ਮਤਲਬ ਕਈ ਉਹ ਆਪਣੇ ਬਹਾਨੇ ਵੀ ਲਾ ਲੈਂਦੇ ਆ। ਦੇਖੋ ਜੀ, ਤੁਸੀਂ ਗਲਤੀ ਕੀਤੀ ਤੇ ਮੈਂ ਉਹ ਕਹਾਂ ਵੀ ਉਹਨੂੰ ਆਪਣੀ ਗਲਤੀ ਨੂੰ ਛੁਪਾਉਣ ਲਈ ਤੁਹਾਡੀ ਗਲਤੀ ਉਜਾਗਰ ਕਰਦਾ, ਇਹ ਤਾਂ ਚਲੋ ਹੱਲ ਨਹੀਂ ਹੈਗਾ। ਪਰ ਮੇਨ ਮਕਸਦ ਇਹ ਹੈ ਕਿ ਅਸੀਂ ਕਿੰਨੇ ਕੁ ਵਾਤਾਵਰਨ ਪ੍ਰੇਮੀ ਆ, ਇਹ ਇੰਡੀਵਿਜੁਅਲ ਟੂ ਇੰਡੀਵਿਜੁਅਲ ਡਿਫਰੈਂਟ। ਜਿੱਦਾਂ ਅਸੀਂ ਵਾਤਾਵਰਨ ਪ੍ਰੇਮੀ ਆ, ਅਸੀਂ ਆਪਣੀ ਜ਼ਮੀਨ ਨੂੰ ਪਿਆਰ ਕਰਦੇ, ਆਪਣੇ ਪਾਣੀ ਨੂੰ ਪਿਆਰ ਕਰਦੇ ਹਾਂ, ਅਤੇ ਇਸ ਤਰ੍ਹਾਂ ਇਹ ਜਿਹੜਾ ਮੈਂ ਤੁਹਾਨੂੰ ਵਿਕਲਪ ਦੱਸਿਆ ਥੋੜ੍ਹਾ ਜਿਹਾ, ਜਿਹੜਾ ਕਿ ਹਰ ਪਿੰਡ 'ਚ ਗੁਰਦੁਆਰਾ ਵਾ ਉੱਥੇ ਇਸ ਚੀਜ਼ ਦੀ ਜਿਹੜੇ ਉਹ ਲੇਖ ਨੇ ਉਹਨਾਂ ਨੂੰ ਦਿੱਤੀ ਜਾ ਸਕਦੀ ਹੈ ਇਹ ਜ਼ਿੰਮੇਵਾਰੀ, ਤੁਸੀਂ ਇਹ ਨਿਭਾ ਰਹੇ ਹੋ। ਅਸੀਂ ਤਾਂ ਆਪਣੇ ਇੰਡੀਵਿਜੁਅਲ ਲੈਵਲ 'ਤੇ ਹਾਲੇ ਨਿਭਾ ਰਹੇ ਹਾਂ, ਵੀ ਤੁਸੀਂ ਕਹੀ ਹੈ ਕਿ ਅਸੀਂ ਕੋਈ 8-10 ਲੋਕ ਜਿਹੜੇ ਹੋਣਗੇ ਆਸੇ ਪਾਸੇ ਵਾਲੇ ਉਹਨਾਂ ਨਾਲ ਵੀ ਮੋਟੀਵੇਟ ਕਰਦੇ ਹਾਂ। ਪ੍ਰਧਾਨ ਮੰਤਰੀ ਤੋਂ ਵੀ ਅਵਾਰਡ ਮਿਲਿਆ? ਹਾਂਜੀ ਹਾਂਜੀ, ਪ੍ਰਧਾਨ ਮੰਤਰੀ ਤੋਂ ਵੀ ਅਵਾਰਡ ਮਿਲਿਆ। ਸਫ਼ਰ ਚੱਲਦਾ ਰਹੇਗਾ? ਹਾਂਜੀ ਬਿਲਕੁਲ, ਹੁਣ ਰਾਸ਼ਟਰਪਤੀ ਕੋਲ ਅਵਾਰਡ ਲੈਣਾ। ਅੱਛਾ, ਪਰਾਲੀ ਵੀ ਦੇਖ ਲਈਏ ਥੋੜੀ ਜਿਹੀ ਜੀ? ਇਹ ਪਰਾਲੀ ਹੈ ਜੀ ਜਿਹੜੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਦੇਖ ਰਹੇ ਹੋ, ਜਿਹਨੂੰ ਲੈ ਕੇ ਇਸ ਵੇਲੇ ਪੂਰਾ ਦੇਸ਼ ਚਰਚਾ ਦਾ ਵਿਸ਼ਾ ਹੈ, ਕਿਸਾਨ ਵੀ ਚਰਚਿਤ ਨੇ। ਤਾਂ ਇਹ ਇਸ ਵੇਲੇ ਮੈਡਮ ਨੇ ਹਰਿੰਦਰ ਕੌਰ ਤੁਹਾਡੇ ਨਾਲ ਗੱਲਬਾਤ ਕੀਤੀ, ਕਿਉਂਕਿ ਮੇਨ ਚੀਜ਼ ਜਿਹੜੀ ਪ੍ਰੋਬਲਮ ਹੈਗੀ ਇਨਵਾਇਰਮੈਂਟ ਦੇ ਵਿੱਚ ਤੇਜ਼ੀ ਨਾਲ ਬਦਲਾਅ ਆ ਰਿਹਾ। ਪਹਿਲਾਂ ਇੰਨਾ ਬਾਰਿਸ਼ਾਂ ਨਹੀਂ ਸੀ ਹੁੰਦੀਆਂ, ਇਸ ਤਰ੍ਹਾਂ ਦਾ ਵਾਤਾਵਰਣ ਨਹੀਂ ਸੀ, ਹੁਣ ਅਨਪ੍ਰਿਡਿਕਟੇਬਲ ਹੋ ਗਿਆ ਸਭ ਕੁਝ। ਜਦੋਂ ਬਾਰਿਸ਼ ਦੀ ਉਡੀਕ ਹੁੰਦੀ ਉਦੋਂ ਹੁੰਦੀ ਨਹੀਂ, ਜਦੋਂ ਨਹੀਂ ਚਾਹੀਦੀ ਉਦੋਂ ਆ ਜਾਣੀ ਹੈ। ਇਸ ਚੀਜ਼ ਨੂੰ ਹੀ ਲੈ ਕੇ ਕਿਸਾਨ ਜਿਹੜਾ ਵਾ ਉਹ ਬੜਾ ਸ਼ਸ਼ੋਪੰਚ ਰਹਿੰਦਾ, ਕਿਤੇ ਮੀਂਹ ਨਾ ਪੈ ਜੇ, ਫਿਰ ਇਹ ਜੇ ਗਿੱਲੀ ਹੋ ਗਈ ਚੀਜ਼, ਕਿਉਂਕਿ ਛੱਤ ਦੇ ਥੱਲੇ ਪਈ ਆ ਨਾ, ਇਹ ਤਾਂ ਸਾਡੇ ਜੈ ਜਵਾਨ ਜੈ ਕਿਸਾਨ ਦੇ ਵਿੱਚ ਜੈ ਕਿਸਾਨ ਦੀ ਓਨੀ ਮਦਦ ਨਹੀਂ ਹੋ ਰਹੀ, ਮੈਂ ਵੀ ਕਹੂੰਗੀ, ਖੁੱਲ੍ਹ ਕੇ ਕਹੂੰਗੀ। ਬਿਲਕੁਲ, ਕਿਸਾਨਾਂ ਦੀ ਵੀ ਮੰਗਾਂ ਨੇ, ਔਰ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੀ ਮਹਿਲਾ ਕਿਸਾਨ ਦੇ ਨਾਲ ਕਰਾਈ ਹੈ, ਇੱਕ ਇਨੋਵੇਟਿਵ ਫਾਰਮਰ ਨੇ, ਔਰ ਸਭ ਤੋਂ ਵੱਡੀ ਗੱਲ ਹੈ ਜਿੱਥੇ ਕਿ ਉਹ ਆਪ ਜਿਹੜੇ ਨੇ ਪਰਾਲੀ ਨੂੰ ਅੱਗ ਨਹੀਂ ਲਾਉਂਦੇ, ਇਸ ਦੇ ਨਾਲ ਨਾਲ ਉਹ ਆਪਣੇ ਪਿੰਡ ਦੇ ਹੋਰ ਵੀ ਲੋਕਾਂ ਨੂੰ ਮੋਟੀਵੇਟ ਕਰਦੇ ਨੇ। ਉਹਨਾਂ ਨੇ ਸਾਰੇ ਖੇਤੀ ਦੇ ਜਿਹੜੇ ਸੰਦ ਨੇ, ਜਿਨ੍ਹਾਂ ਨੂੰ ਅਸੀਂ ਔਜ਼ਾਰ ਕਹਿੰਦੇ ਹਾਂ ਜਾਂ ਜਿਨ੍ਹਾਂ ਨੂੰ ਮਸ਼ੀਨਰੀ ਕਿਹਾ ਜਾਂਦਾ ਹੈ, ਉਹ ਵੀ ਆਪਣੇ ਕੋਲ ਰੱਖੇ ਨੇ, ਪੂਰੇ ਪਿੰਡ ਦੇ ਵਿੱਚ ਕਰਦੇ ਨੇ। ਉਹਨਾਂ ਨੇ ਕਿਹਾ ਕਿ ਕਿਸਾਨਾਂ ਦੀ ਵੀ ਬਹੁਤ ਦਿੱਕਤਾਂ ਨੇ, ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ। ਠੀਕ ਹੈ, ਉਹਨਾਂ ਨੇ ਕਿਹਾ ਕਿ ਮੇਰੇ ਕੋਲ ਅੱਜ ਸਾਰੀ ਚੀਜ਼ਾਂ ਨੇ, ਮੈਂ 30-32 ਏਕੜ ਦੇ ਵਿੱਚ ਖੇਤੀ ਕਰਦੇ ਹਾਂ, ਲੇਕਿਨ ਸਰਕਾਰਾਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ। ਲੇਕਿਨ ਅੱਜ ਦੇ ਸਮੇਂ ਦੇ ਵਿੱਚ ਇੱਕ ਪ੍ਰੇਰਣਾ ਦਾ ਸਰੋਤ ਅਗਰ ਗੱਲ ਕੀਤੀ ਜਾਵੇ ਤਾਂ ਇਹ ਹਰਿੰਦਰ ਕੌਰ ਫਾਰਮਰ ਨੇ, ਜਿਨ੍ਹਾਂ ਦੀ ਅੱਜ ਅਸੀਂ
ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ। ਉਮੀਦ ਕਰਦੇ ਹਾਂ ਕਿ ਹੋਰ ਵੀ ਫਾਰਮਰਾਂ ਤੋਂ ਪ੍ਰੇਰਿਤ ਹੋਣਗੇ ਔਰ ਉਹਨਾਂ ਨੂੰ ਵੀ ਕਿਹਾ ਜਾ ਰਿਹਾ ਕਿ ਮੈਂ ਹਰ ਕਿਸਾਨ ਦੀ ਮਦਦ ਕਰਨ ਨੂੰ ਤਿਆਰ ਹਾਂ, ਅਗਰ ਕਿਸੇ ਨੇ ਵੀ ਕੋਈ ਕਟਾਈ ਕਰਾਉਣੀ ਮੈਡਮ ਕਰੋਗੇ ਉਹਨਾਂ ਦੀ? ਹਾਂਜੀ ਬਿਲਕੁਲ, ਉਹਨਾਂ ਨਾਲ ਕਰਾਂਗੇ। ਅਗਰ ਉਹ ਚਾਹੁੰਦੇ ਨੇ ਮਸ਼ੀਨਰੀ ਦੇ ਇਸ਼ੂਕ ਨੇ, ਅਸੀਂ ਡੀਸੀ ਮੈਡਮ ਨਾਲ ਮੀਟਿੰਗ ਸੈੱਟ ਕਰ ਰਹੇ ਹਾਂ। ਮੈਡਮ ਨੇ ਸਾਡੀ ਗੱਲ ਸੁਣੀ, ਬਹੁਤ ਅੱਛੇ ਨੇ ਡਿਪਟੀ ਕਮਿਸ਼ਨਰ ਜਿਹੜੇ ਨਵੇਂ ਆਏ ਨੇ, ਇੱਕ ਲੇਡੀਜ਼ ਨੇ ਅਤੇ ਮੈਂ ਇੱਕ ਲੇਡੀਜ਼ ਹੋਣ ਦੇ ਨਾਤੇ ਉਹਨਾਂ ਕੋਲ ਗਈ ਸੀ ਅਤੇ ਉਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ। ਉਹਨਾਂ ਨੇ ਮੈਨੂੰ ਕਿਹਾ ਕਿ ਜੇ ਤੁਹਾਨੂੰ ਕਿਸੇ ਪ੍ਰਕਾਰ ਦੀ ਵੀ ਮਦਦ ਦੀ ਲੋੜ ਹੈ ਤਾਂ ਪਲੀਜ਼ ਸਾਨੂੰ ਦੱਸੋ। ਅਤੇ ਹੁਣ ਬਸ ਮੈਨੂੰ ਵੀ ਇਹੋ ਜਿਹੇ ਲੋਕਾਂ ਦੀ ਲੋੜ ਹੈ ਜਿਹੜੇ ਅੱਗੇ ਆਉਣ ਅਤੇ ਅਸੀਂ ਵਾਤਾਵਰਨ ਨੂੰ ਬਚਾਵਾਂਗੇ। ਤੁਸੀਂ ਵੇਖੋ, ਉਹਨਾਂ ਨੂੰ ਸਾਫ਼ ਤੌਰ 'ਤੇ ਕਹਿ ਕੇ ਅਗਰ ਕਿਸੇ ਵੀ ਕਿਸਾਨ ਵੀਰ ਨੂੰ ਲੋੜ ਹੈ, ਉਹ ਆਪਣੀ ਜ਼ਮੀਨ ਦੇ ਉੱਤੇ ਆਪਣਾ ਜਿਹੜਾ ਹੈ ਸੰਦਾਂ ਦੀ ਜ਼ਰੂਰਤ ਹੈ, ਮਸ਼ੀਨਰੀ ਦੀ ਲੋੜ ਹੈ, ਅਤੇ ਉਹ ਫਰੀ ਆਫ ਕੋਸਟ ਮਸ਼ੀਨਰੀ ਦੇਣਗੇ ਤਾਂ ਕਿ ਉਹ ਆਪਣੀ ਪਰਾਲੀ ਨੂੰ ਅੱਗ ਨਾ ਲਾਉਣ, ਔਰ ਉਸ ਤੋਂ ਬਾਅਦ ਜਿਹੜੇ ਕਟਰ ਹੁੰਦੇ ਨੇ ਉਹ ਸਾਰਾ ਉਹਨਾਂ ਦਾ ਕੰਮ ਕਰਨਗੇ। ਤਾਂ ਚੰਗੇ ਕਿਸਾਨ ਦੀ ਚੰਗੀ ਸੋਚ ਦੀ ਇੱਕ ਚੰਗੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ, ਗ੍ਰੇਟ ਪੰਜਾਬ ਟੀ ਵੀ, ਅੰਮ੍ਰਿਤਸਰ।